ਗੁਰੂ ਦੀ ਨਗਰੀ ਦੇ ਵਿੱਚ ਮੌਜੂਦ ਹਾਂ ਅਤੇ ਹਰ ਕੋਈ ਗੁਰੂ ਦੀ ਨਗਰੀ ਨੂੰ ਹਰਿਆ ਭਰਿਆ ਦੇਖਣ ਦਾ ਇੱਕ ਸੁਪਨਾ ਲੈ ਕੇ ਚੱਲਦਾ। Well, Finiloop is about plastic waste-free cities. Yeah. We are here in Amritsar and we work in Udaipur to develop a plastic waste-free city model, a Finiloop model. And we want to develop it and expand it to many other cities in India and even to other countries. ਜਿੱਥੇ ਕਿ ਅਕਸਰ ਅਸੀਂ ਘਰਾਂ ਦੇ ਵਿੱਚੋਂ ਕੂੜੇ ਨੂੰ ਸੁੱਟ ਦਿੰਦੇ ਹਾਂ, ਪਰ ਅੱਜ ਉਹ ਕੂੜਾ ਕਹਿ ਸਕਦੇ ਹਾਂ ਕਿ ਅਜਿਹਾ ਖਜ਼ਾਨਾ ਬਣ ਕੇ ਅੱਗੇ ਆਇਆ ਜਿਸ ਨਾਲ ਕਿ ਸਾਡੀ ਬਨਸਪਤੀ ਨੂੰ ਵਧੇਰਾ ਫਾਇਦਾ ਮਿਲੇਗਾ। ਤੁਸੀਂ ਦੇਖ ਸਕਦੇ ਹੋ ਕਿ ਗਿੱਲੇ ਕੂੜੇ ਤੋਂ ਅਸੀਂ ਇਹ ਖਾਦ ਬਣਾਈ ਆ। ਬਹੁਤ ਸਾਰੀਆਂ ਕਲੋਨੀਜ਼ ਆ ਜਿਹੜੀਆਂ ਹੁਣ ਆਪਣੀ ਕਲੋਨੀਜ਼ ਦੇ ਵਿੱਚ ਪਿੱਟ ਬਣਾ ਕੇ ਉਹਨਾਂ ਨੇ ਇਹ ਖਾਦ ਬਣਾਉਣੀ ਸ਼ੁਰੂ ਕਰ ਦਿੱਤੀ ਆ। ਤੁਹਾਨੂੰ ਇਨਸਪਾਇਰ ਕੀ ਹੋਇਆ, ਕਿਉਂ ਸ਼ਹਿਰ ਨੂੰ ਮਤਲਬ ਇਸ ਰਾਹ ਤੇ ਚੱਲਣ ਲਈ ਵਿਚਾਰ ਬਣਾਇਆ? ਸਰ ਵੇਖੋ, ਅੱਜ ਕੱਲ੍ਹ ਸਾਰੇ ਪਾਸੇ ਗੰਦਗੀ ਆ, ਹੈ ਨਾ। ਜੇ ਆਪਾਂ ਨਹੀਂ ਸਾਫ਼ ਕਰਾਂਗੇ ਕੌਣ ਕਰੇਗਾ? ਜੇ ਯੂਥ ਹੀ ਸਾਰਾ ਐ ਕਰੇਗਾ, ਆਉਣ ਵਾਲੀ ਯੂਥ ਲਈ ਤਾਂ ਕੁਝ ਬਚਣਾ ਹੀ ਨਹੀਂ ਆ। ਹਵਾ ਗੰਦੀ ਹੈ, ਪਾਣੀ ਗੰਦਾ ਹੈ, ਜੇ ਜ਼ਮੀਨ ਵੀ ਗੰਦੀ ਹੋ ਗਈ ਬੰਦੇ ਨੇ ਜੀਣਾ ਕਿੱਦਾਂ ਆ? ਆਕਸੀਜਨ ਤਾਂ ਮਿਲਣਾ ਨਹੀਂ ਬਿਨਾਂ ਪੇੜ ਤੋਂ। ਪਾਣੀ ਜੇ ਖਰਾਬ ਹੋ ਗਿਆ ਪੀਣਾ ਕੀ ਹੈ? ਜੀਣਾ ਤਾਂ ਹੈ ਹੀ ਸਾਰਿਆਂ ਨੇ, ਅਤੇ ਉਹਦੇ ਲਈ ਤਾਂ ਕੁਛ ਨਾ ਕੁਛ ਤਾਂ ਕਰਨਾ ਪੈਣਾ। ਗੁਰੂ ਦੀ ਨਗਰੀ ਦੇ ਵਿੱਚ ਮੌਜੂਦ ਹਾਂ ਅਤੇ ਹਰ ਕੋਈ ਗੁਰੂ ਦੀ ਨਗਰੀ ਨੂੰ ਹਰਿਆ ਭਰਿਆ ਦੇਖਣ ਦਾ ਇੱਕ ਸੁਪਨਾ ਲੈ ਕੇ ਚੱਲਦਾ, ਪਰ ਉੱਥੇ ਹੀ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਟਰੱਸਟ ਆਫ ਪੀਪਲ ਸੰਸਥਾ ਦੇ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ, ਜਿੱਥੇ ਕਿ ਅਕਸਰ ਅਸੀਂ ਘਰਾਂ ਦੇ ਵਿੱਚੋਂ ਕੂੜੇ ਨੂੰ ਸੁੱਟ ਦਿੰਦੇ ਹਾਂ, ਪਰ ਅੱਜ ਉਹ ਕੂੜਾ ਕਹਿ ਸਕਦੇ ਹਾਂ ਕਿ ਅਜਿਹਾ ਖਜ਼ਾਨਾ ਬਣ ਕੇ ਅੱਗੇ ਆਇਆ ਜਿਸ ਨਾਲ ਕਿ ਸਾਡੀ ਬਨਸਪਤੀ ਨੂੰ ਵਧੇਰਾ ਫਾਇਦਾ ਮਿਲੇਗਾ ਔਰ ਉਸਦੇ ਨਾਲ ਜੋ ਹਰਿਆਲੀ ਹੈ ਸਾਡੇ ਸ਼ਹਿਰ ਦੀ ਉਹ ਹੋਰ ਵਧੇਗੀ। ਮਹਿਜ਼ ਕਹਿ ਸਕਦੇ ਹਾਂ ਕਿ ਇੱਕ ਸ਼ੁਰੂਆਤ ਕੀਤੀ ਗਈ ਹੈ ਇਸ ਸੰਸਥਾ ਦੇ ਵੱਲੋਂ, ਪਰ ਉਹ ਸ਼ੁਰੂਆਤ ਕਹਿ ਸਕਦੇ ਹਾਂ ਕਿ ਇੱਕ ਵੱਡੇ ਟੀਚੇ 'ਤੇ ਜਾ ਕੇ ਮੁੱਕਦੀ ਹੋਈ ਵਿਖਾਈ ਦਿੰਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਇਹ ਜੋ ਫਿਨੀਲੂਪ ਕਰਕੇ ਲਿਖਿਆ ਗਿਆ, ਇਹ ਇੱਕ ਉਪਰਾਲਾ ਹੈ, ਇੱਕ ਪ੍ਰੋਜੈਕਟ ਹੈ ਜੋ ਕਿ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਇਸ ਸੰਸਥਾ ਦੇ ਵੱਲੋਂ ਸ਼ੁਰੂ ਕੀਤਾ ਗਿਆ। ਔਰ ਗਿੱਲੇ ਅਤੇ ਸੁੱਕੇ ਕੂੜੇ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ, ਉਹ ਖਾਦ ਦੇ ਕੀ ਫਾਇਦੇ ਨੇ ਉਹ ਸਭ ਦੇ ਬਾਰੇ ਚਰਚਾ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਇਸ ਖਾਦ ਨੂੰ ਤਿਆਰ ਕੀਤਾ ਜਾਂਦਾ ਔਰ ਕੀ ਇਸ ਵਿੱਚ ਕੂੜੇ ਦਾ ਕਿੱਦਾਂ ਯੋਗਦਾਨ ਜੁੜਦਾ। ਤਾਂ ਇਹ ਉਪਰਾਲਾ ਕੀ ਹੈ ਔਰ ਕਦੋਂ ਇਸ ਦੀ ਸ਼ੁਰੂਆਤ ਹੋਈ? ਸਤਿ ਸ਼੍ਰੀ ਅਕਾਲ ਜੀ। ਸਰ, ਮੇਰਾ ਨਾਮ ਗੁਰਪ੍ਰੀਤ ਆ। ਇਹ ਐਕਚੁਅਲੀ ਉਪਰਾਲਾ ਸਾਡਾ ਅਸੀਂ ਇਸੇ ਈਅਰ ਦੇ ਵਿੱਚ ਹੀ ਸ਼ੁਰੂ ਕੀਤਾ। ਇੱਕ ਫਿਨੀਲੂਪ ਸਾਡਾ ਪ੍ਰੋਜੈਕਟ ਹੈ, ਵੇਸਟ ਨੀਦਰਲੈਂਡ ਦਾ ਪ੍ਰੋਜੈਕਟ ਆ। ਅਸੀਂ ਮਿਊਂਸੀਪਲ ਕਾਰਪੋਰੇਸ਼ਨ ਦੀ ਜਿਹੜੀ ਸਪੋਰਟ ਨਾਲ ਇਹ ਕੰਮ ਕਰ ਰਹੇ ਹਾਂ, ਉਹਨਾਂ ਨਾਲ ਆਪਣਾ ਟਾਈ ਆਪਾਂ ਕਿ ਜਿਹੜਾ ਆਪਣਾ ਕੋਈ ਵੀ ਚੀਜ਼ ਵੇਸਟ ਨਹੀਂ, ਆਪਾਂ ਇਹਨੂੰ ਵੇਸਟ ਕਹਿੰਦੇ ਹਾਂ, ਨਥਿੰਗ ਇਜ਼ ਵੇਸਟ, ਇਹ ਰਿਸੋਰਸ ਹੈ ਇੱਕ। ਆਪਣੇ ਘਰਾਂ ਦੇ ਵਿੱਚੋਂ 60% ਜਿਹੜੀ ਕੁਆਂਟਿਟੀ ਉਹ ਗਿੱਲੇ ਕੂੜੇ ਦੀ ਨਿਕਲਦੀ ਹੈ, 40% ਜਿਹੜੀ ਸੁੱਕਾ ਕੂੜਾ। ਸੁੱਕੇ ਕੂੜੇ ਦੇ ਵਿੱਚ ਰੈਪਰ, ਪਲਾਸਟਿਕ, ਬੋਟਲ ਸਭ ਕੁਛ ਆ ਜਾਂਦਾ ਆ। ਅਤੇ ਆਪਣੀ ਸਭ ਤੋਂ ਪਹਿਲੀ ਪਹਿਲ ਹੈ ਕਿ ਆਪਾਂ ਘਰਾਂ ਦੇ ਵਿੱਚੋਂ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਦੇਵਾਂਗੇ ਅਤੇ ਆਪਣੇ ਸ਼ਹਿਰ ਜਿਹੜਾ ਗੰਦਗੀ ਤੋਂ ਫਰੀ ਹੋ ਸਕਦਾ, ਉੱਥੇ ਡੰਪ ਨਹੀਂ ਲੱਗਣਗੇ, ਕੂੜੇ ਦੇ ਢੇਰ ਨਹੀਂ ਲੱਗਣਗੇ। ਤੁਸੀਂ ਦੇਖ ਸਕਦੇ ਹੋ ਕਿ ਗਿੱਲੇ ਕੂੜੇ ਤੋਂ ਅਸੀਂ ਇਹ ਖਾਦ ਬਣਾਈ ਆ। ਬਹੁਤ ਸਾਰੀਆਂ ਕਲੋਨੀਜ਼ ਆ ਜਿਹੜੀਆਂ ਹੁਣ ਆਪਣੀ ਕਲੋਨੀਜ਼ ਦੇ ਵਿੱਚ ਪਿੱਟ ਬਣਾ ਕੇ ਉਹਨਾਂ ਨੇ ਇਹ ਖਾਦ ਬਣਾਉਣੀ ਸ਼ੁਰੂ ਕਰ ਦਿੱਤੀ ਆ। ਜੇ ਗੱਲ ਕਰੀਏ ਤਾਂ ਇਹ ਜੋ ਨਾਲ ਕੁੜੀਆਂ ਨਾਲ ਬੱਚੀਆਂ ਜੁੜੀਆਂ ਨੇ, ਇਹਨਾਂ ਦਾ ਇਸ ਵਿੱਚ ਕੀ ਸਹਿਯੋਗ ਹੈ ਔਰ ਇਹ ਕਿਸ ਤਰ੍ਹਾਂ ਇੰਸਪਾਇਰ ਹੋ ਕੇ ਇਸ ਨਾਲ ਜੁੜੀ? ਇਹ ਸਰ, ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ। ਐਕਚੁਅਲੀ ਇਹ ਜਿਹੜੀਆਂ ਕੁੜੀਆਂ ਅੰਮ੍ਰਿਤਸਰ ਬੇਸਡ ਹੀ ਆ, ਇਹ ਸਾਰੀਆਂ ਕੁੜੀਆਂ ਐਜੂਕੇਟਡ ਗਰਲਸ ਆ। ਇਹਨਾਂ ਦੇ ਪੇਰੈਂਟਸ ਆ ਜਿਹੜੇ ਉਹ ਰੈਕ ਪਿਕਰਸ ਦਾ ਕੰਮ ਕਰਦੇ ਆ, ਜਿਨ੍ਹਾਂ ਨੇ ਮਤਲਬ ਜਿੱਦਾਂ ਪਲਾਸਟਿਕ ਵਗੈਰਾ ਚੁਗਣਾ ਜਾਂ ਕੁਲੈਕਟ ਕਰਨਾ ਘਰਾਂ ਦੇ ਵਿੱਚੋਂ। ਇਹ ਕੁੜੀਆਂ ਇੰਸਪਾਇਰ ਹੋਈਆਂ ਕਿ ਦੇਖੋ ਅਸੀਂ ਸੈਗਰੀਗੇਟ ਕਰਕੇ ਕੂੜਾ ਲੈ ਕੇ ਆਏ ਹਾਂ ਅਤੇ ਉਹਨਾਂ ਦੇ ਇੱਕ ਸੈਲਫ ਹੈਲਪ ਗਰੁੱਪ ਬਣਾਉਂਦੇ ਆ ਜੀ। ਆਪਣਾ ਗਰੁੱਪ ਦੇ ਵਿੱਚ ਇਹਨਾਂ ਨੂੰ ਲੋਨ ਲੈ ਕੇ, ਇਹਨਾਂ ਨੇ ਈ ਰਿਕਸ਼ਾ ਵੀ ਲਿਆ ਕੇ ਕੁਲੈਕਸ਼ਨ ਕਰਨਗੇ। ਕੁਲੈਕਸ਼ਨ ਕਰਕੇ ਅਗਰ ਇਹ ਬਹੁਤ ਪੜ੍ਹੇ ਲਿਖੇ ਬੱਚੇ ਆ ਘਰਾਂ, ਆਪਣੀ ਇੱਕ ਇਮੇਜ਼ ਬਣੀ ਆ ਕਿ ਕੂੜੇ ਵਾਲੇ ਆ ਗਏ, ਹੈ ਨਾ। ਅਸੀਂ ਉਹ ਇਮੇਜ਼ ਨੂੰ ਖਤਮ ਕਰਨ ਦੇ ਲਈ ਇਹ ਬੱਚੀਆਂ ਐਜ਼ ਏ ਵਲੰਟੀਅਰ ਹੀ ਸਾਡੇ ਨਾਲ ਬਹੁਤ ਵਧੀਆ ਜੁੜੀਆਂ ਆ ਕਿ ਇਹ ਕੋਈ ਕੂੜੇ ਵਾਲੇ ਆਪਾਂ ਆ, ਬਿਕੋਜ਼ ਆਪਾਂ ਜਨਰੇਟਰ ਆ, ਉਹ ਤਾਂ ਸਫਾਈ ਵਾਲੇ ਆ, ਉਹ ਤਾਂ ਆਪਣਾ ਲੈ ਕੇ ਜਾ ਰਹੇ ਆ, ਉਹਨੂੰ ਸੇਫ ਡਿਸਪੋਜ਼ ਕਰ ਰਹੇ ਆ, ਉਹਨੂੰ ਸੈਗਰੀਗੇਟ ਕਰ ਰਹੇ ਆ। ਹੋ ਕੇ ਤੁਸੀਂ ਸਾਰੇ ਜਾਣੇ ਪ੍ਰੋਜੈਕਟ ਦੇ ਅੰਦਰ ਵੱਖ ਵੱਖ ਜਗ੍ਹਾ 'ਤੇ ਜਾ ਕੇ ਜੋ ਗਿੱਲਾ ਕੂੜਾ ਜੋ ਹੈ, ਗਿੱਲਾ ਕੂੜਾ ਜੋ ਸੁੱਕਾ ਕੂੜਾ, ਉਹਨੂੰ ਅਲੱਗ ਅਲੱਗ ਕਰਦੇ, ਅਤੇ ਕਦੀ ਇਹ ਮਨ ਵਿੱਚ ਇਹ ਖਿਆਲ ਨਹੀਂ ਆਇਆ ਕਿ ਅਸੀਂ ਇਹ ਕੰਮ ਕਿਉਂ ਕਰ ਰਹੇ ਹਾਂ? ਹੋਰ ਵੀ ਬਥੇਰੇ ਕੰਮ ਨੇ, ਹੋਰ ਵੀ ਅਨੇਕਾਂ ਉਪਰਾਲੇ ਅਸੀਂ ਉਹਨਾਂ ਵਿੱਚ ਵੀ ਜੁੜ ਸਕਦੇ। जैसे कि मैं बता सकती हूँ आप लोगों को कि इस प्रोजेक्ट में हम इसीलिए जुड़े हैं क्योंकि जैसे जो भी वेस्ट चीज़ें हैं, वो वेस्ट चीज़ें हम ज़्यादा गंदगी फैलाने से अच्छा थोड़ा साफ़ सफाई रखें। जैसे कि वेस्ट प्लास्टिक है, प्लास्टिक की जैसे हमने वर्तों किए हैं, प्लांट्स लगाए हैं उसमें, प्लांट्स छोटे छोटे जैसे बॉल वगैरह हैं उन सब में हमने प्लांट्स की उपयोग किए हैं, और जो ये खाद हम बना रहे हैं वो वेस्ट मटीरियल हैं, जो भी उनसे ही हम ये खाद वगैरह बना रहे हैं। ਬਿਲਕੁਲ, ਹੋਰ ਵੀ ਇੱਥੇ ਮੌਜੂਦ ਹੈ। ਤੁਹਾਨੂੰ ਇਨਸਪਾਇਰ ਕੀ ਹੋਇਆ ਕਿ ਕਿਉਂ ਸ਼ਹਿਰ ਨੂੰ ਮਤਲਬ ਇਸ ਰਾਹ 'ਤੇ ਚੱਲਣ ਲਈ ਵਿਚਾਰ ਬਣਾਇਆ? ਸਰ ਵੇਖੋ, ਅੱਜ ਕੱਲ੍ਹ ਸਾਰੇ ਪਾਸੇ ਗੰਦਗੀ ਆ, ਹੈ ਨਾ। ਜੇ ਆਪਾਂ ਨਹੀਂ ਸਾਫ਼ ਕਰਾਂਗੇ ਕੌਣ ਕਰੇਗਾ? ਜੇ ਯੂਥ ਹੀ ਸਾਰਾ ਐ ਕਰੇਗਾ, ਆਉਣ ਵਾਲੀ ਯੂਥ ਲਈ ਤਾਂ ਕੁਝ ਬਚਣਾ ਹੀ ਨਹੀਂ ਆ। ਹਵਾ ਗੰਦੀ ਹੈ, ਪਾਣੀ ਗੰਦਾ ਹੈ, ਜੇ ਜ਼ਮੀਨ ਵੀ ਗੰਦੀ ਹੋ ਗਈ ਬੰਦੇ ਨੇ ਜੀਣਾ ਕਿੱਦਾਂ ਆ? ਆਕਸੀਜਨ ਤਾਂ ਮਿਲਣਾ ਨਹੀਂ ਬਿਨਾਂ ਪੇੜ ਤੋਂ। ਪਾਣੀ ਜੇ ਖਰਾਬ ਹੋ ਗਿਆ ਪੀਣਾ ਕੀ ਹੈ? ਜੀਣਾ ਤਾਂ ਹੈ ਹੀ ਸਾਰਿਆਂ ਨੇ,
ਤੇ ਉਹਦੇ ਲਈ ਤਾਂ ਕੁਝ ਨਾ ਕੁਝ ਤਾਂ ਕਰਨਾ ਪੈਣਾ। ਅੱਛਾ ਅਸੀਂ ਦੇਖਦੇ ਹਾਂ ਕਿ ਲੋਕ ਖਾ ਪੀ ਕੇ ਚੀਜ਼ਾਂ ਇੱਧਰ ਉੱਧਰ ਰੈਪਰ ਸੁੱਟ ਦਿੰਦੇ ਨੇ, ਪਰ ਤੁਸੀਂ ਸਮਾਜ ਦੇ ਉਸ ਵਰਗ ਤੇ ਜਿਸ ਤਰ੍ਹਾਂ ਇੱਕ ਟਰਸਟ ਆਫ ਪੀਪਲ ਸੰਸਥਾ ਦੇ ਨਾਲ ਜੁੜ ਕੇ ਉਹਨਾਂ ਕੂੜੇ ਨੂੰ ਵੱਖ ਵੱਖ ਚਾਹੇ ਇੱਕ ਬਾਕਸ ਦੇ ਵਿੱਚ ਜਿੱਦਾਂ ਵੀ ਕੈਰੀ ਕਰਦੇ ਹੋ, ਤਾਂ ਕਦੀ ਉਹਨਾਂ ਲੋਕਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੁਸੀਂ ਵੀ ਸਾਡੇ ਨਾਲ ਇਸ ਉਪਰਾਲੇ 'ਚ ਜੁੜੋ ਅਤੇ ਅਸੀਂ ਵੀ ਉਹ ਲੋਕ ਹਾਂ ਜੋ ਕੂੜੇ ਨੂੰ ਚੁੱਕ ਕੇ ਇੱਕ ਖਾਦ ਬਣਾ ਰਹੇ ਹਾਂ ਔਰ ਖਾਦ ਨਾਲ ਪਰਿਆਵਰਨ ਨੂੰ ਹਰਾ ਭਰਾ ਕਰ ਰਹੇ ਹਾਂ। ਸਰ ਆਪਾਂ ਤਾਂ ਕਹਿ ਸਕਦੇ ਹਾਂ, ਵੇਖਣ ਵਾਲੇ ਵੇਖਦੇ ਆ ਕਰਨ ਜਿਨ੍ਹਾਂ ਦਾ ਅੰਦਰ ਹੋਣਾ ਹੈ ਕਿ ਨਹੀਂ ਭਰਾ ਮੈਂ ਕੰਮ ਅੱਜ ਕੀਤਾ। ਦੋ ਬੰਦੇ ਮੈਨੂੰ ਆ ਕੇ ਕਹਿਣਗੇ ਹਾਏ ਗੰਦਾ ਕੰਮ ਹੈ ਤੂੰ ਇਹ ਕਰਨ ਦੀ ਹੈ, ਦੋ ਬੰਦੇ ਤਾਂ ਇਹੀ ਕਹਿਣਗੇ। ਨੈਗੇਟਿਵਿਟੀ ਹਰ ਜਗ੍ਹਾ ਆ, ਜੇ ਤੁਸੀਂ ਆਪ ਜੇ ਉਹਦੇ 'ਚ ਆਓਗੇ ਤਾਂ ਫਿਰ ਉਹ ਤੁਹਾਡੀ ਗਲਤੀ ਹੈ। ਚੰਗੇ ਕੰਮ ਨੂੰ ਕੋਈ ਨਹੀਂ ਸਪੋਰਟ ਕਰਦਾ, ਅਤੇ ਉਸੇ ਲਈ ਅੱਜ ਕਰਨ ਨਹੀਂ ਮੈਂ ਚਾਹੁੰਦੀ ਕਿ ਸਾਰੇ ਯੂਥ ਇਹ ਕੰਮ ਕਰੇ, ਕਿਉਂਕਿ ਜੇ ਆਪਾਂ ਨਹੀਂ ਸ਼ੁਰੂ ਕਰਾਂਗੇ ਕਿਸੇ ਨੇ ਨਹੀਂ ਕਰਨਾ। All the different stakeholders, with municipalities, with the informal waste workers, with the existing enterprises, with the aggregators. So I think we have been able to set the basis in the first year of connecting with all those stakeholders which are on the ground. Though it's a big initiative and being starting with the family of the React because being involved in it. Exactly. So how you think that it would be a great opportunity for them in view of the employment also? I think it's about question of consolidating the work that they're already doing, because most of them are already working in the sector of waste management, and recycling and recovering of materials. But often we're under conditions which are either without social benefits or either in environmental conditions which are not in the right way. So it's a question of strengthening those opportunities as well. So that's why we work with all actors involved in plastic waste management, plastic recycling. As Jeroen already said, we work with the rec pickers, but also with the aggregators, with the apex traders, with the households, schools. We involve all actors that are active in the plastic waste chain to develop a plastic waste-free city. That's our ultimate goal. ਬਿਲਕੁਲ, ਇਹ ਗੱਲ ਅਕਸਰ ਤੁਸੀਂ ਸੁਣੀ ਹੋਏਗੀ ਕਿ ਸਾਡੀ ਹੁਣ ਦੀ ਪੀੜ੍ਹੀ ਹੀ ਸਾਡਾ ਆਉਣ ਵਾਲਾ ਭਵਿੱਖ ਹੈ, ਪਰ ਉੱਥੇ ਹੀ ਜੇ ਅੱਜ ਦੀ ਪੀੜ੍ਹੀ ਅਜਿਹੀ ਸੋਚ ਨੂੰ ਲੈ ਕੇ ਅੱਗੇ ਚੱਲਦੀ ਹੈ, ਇੱਕ ਤਾਂ ਪਾਸੇ ਕਹਿ ਸਕਦੇ ਹਾਂ ਕਿ ਸਾਡਾ ਵਾਤਾਵਰਨ ਵੀ ਗੰਦਗੀ ਤੋਂ ਸਾਫ਼ ਹੋਵੇਗਾ, ਔਰ ਉਸਦੇ ਨਾਲ ਹੀ ਜੋ ਪੌਦੇ ਨੇ ਉਹਨਾਂ ਨੂੰ ਵੀ ਇੱਕ ਔਰਗੈਨਿਕ ਖਾਦ ਦੇ ਨਾਲ ਜਦ ਉਹਨਾਂ ਦੀ ਉਪਜ ਹੋਏਗੀ ਤਾਂ ਕਹਿ ਸਕਦੇ ਹਾਂ ਕਿ ਸਾਡੀ ਬਨਸਪਤੀ ਵੀ ਮਜ਼ਬੂਤ ਹੋਏਗੀ ਔਰ ਉਸ ਨਾਲ ਸਾਡਾ ਆਲਾ ਦੁਆਲਾ ਵੀ ਸ਼ੁੱਧ ਹੋ ਜਾਏਗਾ। ਤਾਂ ਅੱਜ ਉਸ ਉਪਰਾਲੇ ਦੇ ਤਹਿਤ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਖਾਦ ਹੈ ਇਹ ਬਣਾਈ ਗਈ ਹੈ ਜੋ ਕਿ ਕੂੜੇ ਦੀ ਮਦਦ ਦੇ ਨਾਲ, ਜਿਹਨੂੰ ਕਿ ਆਪਾਂ ਡੀਕੰਪੋਜੀਸ਼ਨ ਅੰਗਰੇਜ਼ੀ ਭਾਸ਼ਾ ਦੇ ਵਿੱਚ ਸ਼ਬਦ ਯੂਜ਼ ਕਰਦੇ ਹਾਂ, ਅਤੇ ਉਸਦੇ ਸਦਕਾ ਇਸ ਨੂੰ ਤਿਆਰ ਕੀਤਾ ਜਾਂਦਾ। ਤਾਂ ਇੱਕ ਮੈਸੇਜ ਵੀ ਹੈ ਕਿ ਸ਼ਹਿਰ ਨੂੰ ਪਲਾਸਟਿਕ ਫ੍ਰੀ ਕਰਨਾ, ਅਕਸਰ ਪਲਾਸਟਿਕ ਕੈਂਸਰ ਦੀ ਵੱਡੀ ਬਿਮਾਰੀ ਦਾ ਵੀ ਇੱਕ ਮੁੱਖ ਕਾਰਨ ਬਣ ਜਾਂਦਾ। ਤਾਂ ਉੱਥੇ ਹੀ ਇੱਕ ਤੋਂ ਇੱਕ ਦੇ ਨਾਲ ਇੱਕ ਜੋ ਖਾਦ ਹੈ ਉਹ ਲੋਕਾਂ ਤੱਕ ਪਹੁੰਚਾਈ ਜਾ ਰਹੀ, ਔਰ ਨਾਲ ਹੀ ਜੋ ਪੌਦੇ ਆ ਉਹ ਵੀ ਦਿੱਤੇ ਜਾ ਰਹੇ ਕਿ ਤਾਂ ਜੋ ਇਸੇ ਖਾਦ ਦੀ ਵਰਤੋਂ ਕਰਕੇ ਇਹਨਾਂ ਪੌਦਿਆਂ ਨੂੰ ਹੋਰ ਵਧੀਆ ਢੰਗ ਨਾਲ ਉਗਾਇਆ ਜਾ ਸਕੇ ਅਤੇ ਸ਼ਹਿਰ ਨੂੰ ਸਾਫ਼ ਅਤੇ ਸੁਥਰਾ ਰੱਖਿਆ ਜਾ ਸਕਦਾ। ਤਾਂ ਉੱਥੇ ਹੀ ਟਰੱਸਟ ਆਫ ਪੀਪਲ ਸੰਸਥਾ ਨੇ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਇਸ ਉਪਰਾਲੇ ਦੀ ਸ਼ੁਰੂਆਤ ਕੀਤੀ ਹੈ, ਔਰ ਲੋਕਾਂ ਦੇ ਵੱਲੋਂ ਵੀ ਇਸ ਉਪਰਾਲੇ ਨੂੰ ਵੱਡਾ ਹੁੰਗਾਰਾ ਮਿਲ ਰਿਹਾ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18 ਪੰਜਾਬ।